ਹਾਂਜੀ ਦੋਸਤੋ, ਮੈਂ ਜੱਸਾ ਮੜੀ ਵਾਲਾ ਆਪ ਸਭ ਦਾ ਸਵਾਗਤ ਕਰਦਾ ਆਪਦੇ ਆਪਣੇ ਚੈਨਲ ਕਬੱਡੀ 105 ਉੱਤੇ। ਜੇਕਰ ਤੁਸੀਂ ਆਪਣੇ ਚੈਨਲ 'ਤੇ ਪਹਿਲੀ ਵਾਰ ਆਏ ਹੋ ਤਾਂ ਇਸ ਨੂੰ ਸਬਸਕ੍ਰਾਈਬ ਕਰਕੇ ਨਾਲ ਘੰਟੀ ਵਾਲੇ ਬਟਨ ਨੂੰ ਜ਼ਰੂਰ ਦੱਬ ਕੇ ਰੱਖਣਾ ਅਤੇ ਤੁਸੀਂ ਕਬੱਡੀ 105 ਨੂੰ ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਵੀ ਫੋਲੋ ਕਰ ਸਕਦੇ ਹੋ। ਹਾਂਜੀ ਦੋਸਤੋ, ਕਰੋ ਨੋਟ, ਅੱਜ ਹੋਣ ਵਾਲੇ ਕਬੱਡੀ ਦੇ ਮੈਚ ਅੱਜ 30 ਮਾਰਚ 2024 ਦਿਨ ਸ਼ਨੀਵਾਰ ਨੂੰ ਕਿੱਥੇ ਕਿੱਥੇ ਕਬੱਡੀ ਦੇ ਮੈਚ ਹੋਣਗੇ। ਵੀਡੀਓ ਨੂੰ ਪੂਰੀ ਐਂਡ ਤੱਕ ਦੇਖਣਾ ਅਤੇ ਇਸ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਦੋਸਤੋ, ਆਪ ਸਭ ਨੂੰ ਦੱਸਣਾ ਚਾਹੁੰਦੇ ਹਾਂ ਕਿ ਅੱਜ ਮੌਸਮ ਬਹੁਤ ਜ਼ਿਆਦਾ ਖਰਾਬ ਆ ਅਤੇ ਆਪਣੇ ਏਰੀਏ ਵਿੱਚ ਰਾਤ ਤੋਂ ਹੀ ਮੀਂਹ ਪੈ ਰਿਹਾ। ਮੀਂਹ ਪੈਣ ਕਰਕੇ ਬਹੁਤ ਜ਼ਿਆਦਾ ਮੌਸਮ ਖਰਾਬ ਹੋ ਗਿਆ ਅਤੇ ਇਸ ਵਕਤ ਵੀ ਮੀਂਹ ਪੈ ਰਿਹਾ। ਇਸ ਲਈ ਹੋ ਸਕਦਾ ਕਿ ਬਹੁਤ ਸਾਰੇ ਕਬੱਡੀ ਦੇ ਟੂਰਨਾਮੈਂਟ ਕੈਂਸਲ ਵੀ ਹੋ ਜਾਣ ਅਤੇ ਪੰਜਾਬ ਵਿੱਚ ਹੋਰ ਵੀ ਕਈ ਜਗ੍ਹਾ 'ਤੇ ਮੀਂਹ ਪੈ ਰਿਹਾ, ਜਿਸ ਕਰਕੇ ਬਹੁਤ ਸਾਰੇ ਕਬੱਡੀ ਦੇ ਟੂਰਨਾਮੈਂਟ ਕੈਂਸਲ ਵੀ ਕੀਤੇ ਗਏ ਆ। ਇਸ ਲਈ ਤੁਸੀਂ ਖੇਡਣ ਜਾਣ ਤੋਂ ਪਹਿਲਾਂ ਜਾਂ ਟੂਰਨਾਮੈਂਟ 'ਤੇ ਜਾਣ ਤੋਂ ਪਹਿਲਾਂ ਆਪਦੀ ਨਿੱਜੀ ਤੌਰ 'ਤੇ ਜਾਂਚ ਪੜਤਾਲ ਜ਼ਰੂਰ ਕਰ ਲੈਣਾ ਕਿ ਅੱਜ ਕਬੱਡੀ ਦੇ ਮੈਚ ਹੋਣਗੇ ਜਾਂ ਨਹੀਂ, ਕਿਉਂਕਿ ਮੌਸਮ ਬਹੁਤ ਜ਼ਿਆਦਾ ਖਰਾਬ ਆ ਅਤੇ ਕਈ ਜਗ੍ਹਾ 'ਤੇ ਮੀਂਹ ਬਹੁਤ ਜ਼ਿਆਦਾ ਪੈ ਰਿਹਾ ਰਾਤ ਤੋਂ ਹੀ। ਬਾਕੀ ਤੁਸੀਂ ਕਮੈਂਟ ਕਰਕੇ ਆਪਾਂ ਨੂੰ ਜ਼ਰੂਰ ਦੱਸਣਾ ਕਿ ਅੱਜ ਕਿੱਥੇ ਕਿੱਥੇ ਮੀਂਹ ਪੈ ਰਿਹਾ ਅਤੇ ਕਿੱਥੇ ਕਿੱਥੇ ਮੌਸਮ ਖਰਾਬ ਆ ਜਾਂ ਕਿਹੜੇ ਕਿਹੜੇ ਕਬੱਡੀ ਦੇ ਟੂਰਨਾਮੈਂਟ ਕੈਂਸਲ ਹੋ ਗਏ ਆ। ਤਾਂ ਆਓ ਦੋਸਤੋ, ਜਿਹੜੇ ਕਬੱਡੀ ਦੇ ਟੂਰਨਾਮੈਂਟ ਹੋ ਸਕਦੇ ਆ ਉਹਨਾਂ ਦੀ ਗੱਲ ਕਰਦੇ ਹਾਂ, ਪਰ ਪੱਕਾ ਕੋਈ ਨਹੀਂ ਅੱਜ ਕਿਉਂਕਿ ਮੌਸਮ ਜ਼ਿਆਦਾ ਖਰਾਬ ਆ। ਤਾਂ ਦੋਸਤੋ, ਅੱਜ ਕਬੱਡੀ ਦੇ ਮੈਚ ਹੋਣਗੇ ਪਿੰਡ ਧੌਲਾ ਬਰਨਾਲਾ ਦੇ ਵਿੱਚ। ਇੱਥੇ ਅੱਜ ਕਬੱਡੀ 75 ਕਿਲੋ 3 ਖਿਡਾਰੀ ਬਾਹਰੋਂ, ਪਹਿਲਾ ਇਨਾਮ 31,000, ਦੂਜਾ ਇਨਾਮ 25,000 ਅਤੇ ਬੈਸਟ ਰੇਡਰ ਤਜਾਫੀ ਨੂੰ ਫਰਿੱਜ। ਅਤੇ ਕਬੱਡੀ 60 ਕਿਲੋ ਦੇ ਮੈਚ ਹੋਣਗੇ 2 ਖਿਡਾਰੀ ਬਾਹਰੋਂ ਆ, ਪਹਿਲਾ ਇਨਾਮ 11,000, ਦੂਜਾ ਇਨਾਮ 9,900, ਬੈਸਟ ਰੇਡਰ ਤਜਾਫੀ ਨੂੰ ਸਾਈਕਲ ਹੋਵੇਗਾ ਅਤੇ ਲਾਈਵ ਚੱਲੇਗਾ 1, 2, 3 ਲਾਈਵ ਇਨ ਦੇ ਜ਼ਰੀਏ। ਇਸ ਤੋਂ ਅੱਗੇ ਜਿਹੜੇ ਕਬੱਡੀ ਦੇ ਮੈਚ ਹੋਣਗੇ, ਇਹ ਮੈਚ ਹੋਣਗੇ ਦਿਆਲਪੁਰਾ ਮਿਰਜੇਗਾ ਬਠਿੰਡਾ। ਇੱਥੇ ਅੱਜ ਕਬੱਡੀ 62 ਕਿਲੋ 1 ਖਿਡਾਰੀ ਬਾਹਰੋਂ, ਪਹਿਲਾ ਇਨਾਮ 10,000, ਦੂਜਾ ਇਨਾਮ 8,000 ਰੁਪਏ ਹੋਵੇਗਾ। ਅਤੇ ਕਬੱਡੀ ਓਪਨ 2 ਖਿਡਾਰੀ ਬਾਹਰੋਂ, ਪਹਿਲਾ ਇਨਾਮ 61,000, ਦੂਜਾ ਇਨਾਮ 41,000, ਬੈਸਟ ਰੇਡਰ ਅਤੇ ਜਾਫੀ ਨੂੰ 15,000 ਰੁਪਏ ਹੋਣਗੇ ਅਤੇ ਲਾਈਵ ਚੱਲੇਗਾ kabaddi365.com ਦੇ ਜ਼ਰੀਏ। ਇਸ ਤੋਂ ਅੱਗੇ ਜਿਹੜੇ ਕਬੱਡੀ ਦੇ ਮੈਚ ਹੋ ਰਹੇ ਆ, ਇਹ ਮੈਚ ਕਰਵਾਏ ਜਾਣਗੇ ਪਿੰਡ ਮਾਧੀਰ। ਅਤੇ ਇੱਥੇ ਦੋਸਤੋ, ਅੱਜ ਕਬੱਡੀ ਦੇ ਜਿਹੜੇ ਮੈਚ ਹੋਣਗੇ 63 ਕਿਲੋ ਦੇ ਮੈਚ ਹੋ ਸਕਦੇ ਆ। 63 ਕਿਲੋ ਨਰੋਲ, ਪਹਿਲਾ ਇਨਾਮ 11,000, ਦੂਜਾ ਇਨਾਮ 9,900, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਪੈਂਦਾ ਹੈ ਇਹ। ਇਸ ਤੋਂ ਅੱਗੇ ਜਿਹੜੇ ਕਬੱਡੀ ਦੇ ਮੈਚ ਹੋਣਗੇ ਪਿੰਡ ਮਿੱਡਾ, ਜ਼ਿਲ੍ਹਾ ਮੁਕਤਸਰ। ਅਤੇ ਇੱਥੇ ਅੱਜ ਕਬੱਡੀ 75 ਕਿਲੋ 2 ਖਿਡਾਰੀ ਬਾਹਰੋਂ, ਕਬੱਡੀ 45 ਕਿਲੋ 1 ਖਿਡਾਰੀ ਬਾਹਰੋਂ ਅਤੇ ਕਬੱਡੀ 65 ਕਿਲੋ 2 ਖਿਡਾਰੀ ਬਾਹਰੋਂ ਦੇ ਮੈਚ ਹੋਣਗੇ। 75 ਕਿਲੋ ਦਾ ਪਹਿਲਾ ਇਨਾਮ 21,000 ਆ, ਦੂਜਾ ਇਨਾਮ 15,000 ਰੁਪਏ ਆ, ਬੈਸਟ ਰੇਡਰ ਅਤੇ ਜਾਫੀ ਨੂੰ 3,100 ਰੁਪਏ ਆ। ਅਤੇ ਬਾਕੀ ਕਬੱਡੀ 65 ਕਿਲੋ 2 ਖਿਡਾਰੀ ਬਾਹਰੋਂ ਆ, ਪਹਿਲਾ ਇਨਾਮ 11,000, ਦੂਜਾ ਇਨਾਮ 8,100 ਅਤੇ ਬੈਸਟ ਰੇਡਰ ਅਤੇ ਜਾਫੀ ਨੂੰ ਸਟੈਂਡ ਵਾਲੇ ਪੱਖੇ ਹੋਣਗੇ। ਅਤੇ ਇਸ ਤੋਂ ਅੱਗੇ ਜਿਹੜੇ ਕਬੱਡੀ ਦੇ ਮੈਚ ਹੋਣਗੇ, ਇਹ ਕਰਵਾਏ ਜਾਣਗੇ ਪਿੰਡ ਬੱਲੂਆਣਾ, ਜ਼ਿਲ੍ਹਾ ਬਠਿੰਡਾ। ਇੱਥੇ ਦੋਸਤੋ, ਕਬੱਡੀ 75 ਕਿਲੋ 2 ਖਿਡਾਰੀ ਬਾਹਰੋਂ, ਪਹਿਲਾ ਇਨਾਮ 15,000, ਦੂਜਾ ਇਨਾਮ 12,000, ਬੈਸਟ ਰੇਡਰ ਅਤੇ ਜਾਫੀ ਨੂੰ LED ਹੋਵੇਗੀ। ਅਤੇ ਬਾਕੀ ਕਬੱਡੀ 57 ਕਿਲੋ ਦੇ ਮੈਚ ਆ, 1 ਖਿਡਾਰੀ ਬਾਹਰੋਂ, ਪਹਿਲਾ ਇਨਾਮ 6,100, ਦੂਜਾ ਇਨਾਮ 5,100। ਇਸ ਤੋਂ ਅੱਗੇ ਜਿਹੜੇ ਕਬੱਡੀ ਦੇ ਮੈਚ ਹੋਣਗੇ, ਇਹ ਹੋਣਗੇ ਪਿੰਡ ਸੇਖੂ, ਜ਼ਿਲ੍ਹਾ ਬਠਿੰਡਾ।
ਇੱਥੇ ਅੱਜ ਜਿਹੜੇ ਕਬੱਡੀ ਦੇ ਮੈਚ ਹੋਣਗੇ 40 ਕਿਲੋ ਅਤੇ 55 ਕਿਲੋ ਦੇ ਹੋਣਗੇ। 55 ਵਿੱਚ ਇੱਕ ਖਿਡਾਰੀ ਬਾਹਰੋਂ ਆ ਅਤੇ 46 ਕਿਲੋ ਵਿੱਚ ਵੀ ਇੱਕ ਖਿਡਾਰੀ ਬਾਹਰੋਂ ਆ। 55 ਦਾ ਪਹਿਲਾ ਇਨਾਮ 7100, ਦੂਜਾ ਇਨਾਮ 6100 ਆ। ਬੈਸਟ ਰੈੱਡ ਅਤੇ ਜੱਫ ਨੂੰ 7 ਵਾਲੇ ਪੱਖੇ ਆ ਅਤੇ ਲਾਈਵ ਚੱਲ ਸਕਦਾ ਕਬੱਡੀ ਟੀ ਵੀ ਦੇ ਜ਼ਰੀਏ। ਇਸ ਤੋਂ ਅੱਗੇ ਜਿਹੜੇ ਕਬੱਡੀ ਦੇ ਮੈਚ ਹੋ ਰਹੇ ਆ ਇਹ ਹੋਣਗੇ ਪਿੰਡ ਗਗੋਹਰ ਬਰਨਾਲਾ। ਇੱਥੇ ਅੱਜ ਕਬੱਡੀ ਓਪਨ, ਦੋ ਖਿਡਾਰੀ ਬਾਹਰੋਂ, ਪਹਿਲਾ ਇਨਾਮ 51,000, ਦੂਜਾ ਇਨਾਮ 31,000। ਬੈਸਟ ਰੇਡਰ ਅਤੇ ਜਾਫੀ ਨੂੰ 11,000 ਰੁਪਏ ਹੋਣਗੇ। ਇਸ ਤੋਂ ਅੱਗੇ ਜਿਹੜੇ ਕਬੱਡੀ ਦੇ ਮੈਚ ਕਰਵਾਏ ਜਾ ਰਹੇ ਆ ਇਹ ਹੋਣਗੇ ਠਾੜਾ, ਜ਼ਿਲ੍ਹਾ ਫਰੀਦਕੋਟ। ਇੱਥੇ ਵੀ 75 ਕਿਲੋ ਦੇ ਮੈਚ ਆ। ਅੱਜ ਪਹਿਲਾ ਇਨਾਮ 31,000, ਦੂਜਾ ਇਨਾਮ 21,000। ਬੈਸਟ ਰੇਡਰ ਅਤੇ ਜਾਫੀ ਨੂੰ ਕੂਲਰ ਹੋਣਗੇ ਅਤੇ ਲੈਬ ਚੱਲੇਗਾ ਕਬੱਡੀ 4K ਦੇ ਜ਼ਰੀਏ। ਇਸ ਤੋਂ ਅੱਗੇ ਪਿੰਡ ਸਾਜਲੀ ਵਿੱਚ ਕਬੱਡੀ ਦੇ ਮੈਚ ਹੋ ਰਹੇ ਆ, ਜ਼ਿਲ੍ਹਾ ਸੰਗਰੂਰ। ਇੱਥੇ ਅੱਜ ਕਬੱਡੀ 65 ਕਿਲੋ ਅਤੇ ਕਬੱਡੀ ਓਪਨ ਦੇ ਮੈਚ ਹੋਣਗੇ। 65 ਕਿਲੋ ਵਿੱਚ ਇੱਕ ਖਿਡਾਰੀ ਬਾਹਰੋਂ ਆ, ਪਹਿਲਾ ਇਨਾਮ 10,000, ਦੂਜਾ ਇਨਾਮ 7,000 ਆ ਅਤੇ ਕਬੱਡੀ 1 ਪਿੰਡ ਓਪਨ ਦਾ ਪਹਿਲਾ ਇਨਾਮ 51,000, ਦੂਜਾ ਇਨਾਮ 31,000 ਆ। ਇਸ ਤੋਂ ਅੱਗੇ ਦੋਸਤੋ ਕਬੱਡੀ ਦੇ ਮੈਚ ਹੋ ਸਕਦੇ ਆ ਫਤਿਹਪੁਰ, ਸ਼ਹੀਦ ਭਗਤ ਸਿੰਘ ਨਗਰ, ਅਤੇ ਇੱਥੇ ਵੀ ਅੱਜ ਕਬੱਡੀ ਦੇ ਮੈਚ ਹੋ ਸਕਦੇ ਆ। ਤਾਂ ਇਹ ਸੀ ਦੋਸਤੋ ਅੱਜ ਹੋਣ ਵਾਲੇ ਕਬੱਡੀ ਕੱਪਾਂ ਦੀ ਜਾਣਕਾਰੀ। ਅਤੇ ਜੇਕਰ ਤੁਸੀਂ ਕਿਸੇ ਵੀ ਕਬੱਡੀ ਟੂਰਨਾਮੈਂਟ ਜਿਹੜੇ ਅੱਜ ਆਪਾਂ ਪੋਸਟਰ ਪਾਏ ਆ ਉਹਨਾਂ ਨੰਬਰ ਚਾਹੁੰਦੇ ਹਾਂ ਤਾਂ ਤੁਸੀਂ ਆਪਾਂ ਨੂੰ ਕਮੈਂਟਾਂ ਵਿੱਚ ਪੁੱਛ ਸਕਦੇ ਹੋ, ਕਿਉਂਕਿ ਅੱਜ ਵਾਲੇ ਜਿੰਨੇ ਵੀ ਟੂਰਨਾਮੈਂਟ ਆ ਉਹਨਾਂ ਦੇ ਜਿਹੜੇ ਪੋਸਟਰ ਛਪੇ ਹੋਏ ਆ ਉਹਨਾਂ ਪੋਸਟਰਾਂ ਦੇ ਹਰੇਕ ਪੋਸਟਰ ਦੇ ਥੱਲੇ ਕਮੇਟੀ ਦਾ ਨੰਬਰ ਲਿਖਿਆ ਹੋਇਆ। ਤੁਸੀਂ ਉਹਨਾਂ ਨਾਲ ਸੰਪਰਕ ਕਰਕੇ ਪਤਾ ਲੈ ਸਕਦੇ ਹਾਂ ਕਿ ਟੂਰਨਾਮੈਂਟ ਹੋਣਾ ਜਾਂ ਨਹੀਂ ਹੋਣਾ।